ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤਣ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਚ ਐਨ ਐਚ ਏ ਆਈ ਦੇ 4942 ਕਰੋੜ ਦੇ ਪ੍ਰੋਜੈਕਟਾਂ ਤੇ ਇਛਾਇਆ ਸੰਕਟ ਵਾਪਸ ਲੈ ਸਕਦੇ ਕੇਂਦਰ ਸਰਕਾਰ ਮੰਨ ਤੇ ਲੱਗੇ ਆ ਇਲਜ਼ਾਮ ਤਾਂ ਉਸ ਤੋਂ ਪੰਜਾਬ ਪਾਈਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਣੇ ਕੱਲ੍ਹ ਮੰਨ ਸਰਕਾਰ ਤੇ ਨਿਸ਼ਾਨਾ ਸਾਧ ਦੇ ਕਹਿ ਕੇ ਪੰਜਾਬ ਦੇ 42 ਹਾਈਵੇ ਪ੍ਰੋਜੈਕਟਾਂ ਵਿੱਚੋਂ 15 ਵਿੱਚ ਦੇਰੀ ਦਾ ਅਸਲ ਕਾਰਨ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਟਲਮਟ ਹੈ ਜੇਕਰ ਸਰਕਾਰ ਨੇ ਆਪਣੀ ਕਾਰਜ ਸ਼ੈਲੀ ਦੇ ਵਿੱਚ ਸੁਧਾਰ ਕੀਤਾ ਹੁੰਦਾ ਤਾਂ ਅੱਜ NHAI ਨੂੰ ਇਹਨਾਂ ਪ੍ਰੋਜੈਕਟਾਂ ਨੂੰ ਰੋਕਣ ਦੇ ਲੋੜਾ ਨਹੀਂ ਸੀ ਪੈਣੀ। ਉਹਨਾਂ ਨੇ ਕਹਿ ਕੇ ਹਰ ਪ੍ਰੋਜੈਕਟ ਪੰਜਾਬ ਦੇ ਵਿਕਾਸ ਦੇ ਨਾਲ ਜੁੜਿਆ ਹੋਇਆ ਪਰ ਮਾਨ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਸਕੋ। ਤਬਾਹੀ ਚਾਉਂਦੇ ਆ ਤਹਦੀ ਸਾਜ਼ਿਸ਼ ਬੇਨਕਾਬ ਹੋ ਚੁੱਕੀ ਆ ਡਾਕਟਰ ਸੁਭਾਸ਼ ਸ਼ਰਮਣ ਕਹਿੰਦੇ ਕਿ 1500 ਕਿਲੋਮੀਟਰ ਤੇ 52 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਤੇ ਇਹਨਾਂ ਵਿੱਚੋਂ 3303 ਕਰੋੜ ਰੁਪਏ ਦੇ ਤਿੰਨ ਪ੍ਰੋਜੈਕਟ ਖਾਤਮ ਹੋ ਚੁੱਕੇ ਹਨ ਜਦਕਿ 4942 ਕਰੋੜ ਰੁਪਏ ਦੇ ਚਾਰ ਪ੍ਰੋਜੈਕਟ ਖਾਤਮ ਹੋਣ ਦੇ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੇ ਵੱਡੀ ਕਾਰਵਾਈ ਸ਼ਕੰਦਰ ਸਿੰਘ ਮਲੋਕਾ ਬੀਬੀ ਜੰਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਣੇ ਇਹਨਾਂ ਆਗੂਆਂ ਨੂੰ ਕੱਢਿਆ ਗਿਆ ਪਾਰਟੀ ਤੋਂ ਬਾਹਰ ਸ਼੍ਰੋਮਣੀ ਆਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਇੱਕ ਹੰਗਾਮੀ ਮੀਟਿੰਗਾ ਕੱਲ ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਪੂੰਦੜ ਦੇ ਅਗਵਾਈ ਦੇ ਵਿੱਚ ਹੋਈ। ਇਸ ਵਿੱਚ ਕਮੇਟੀ ਦੇ ਮੈਂਬਰ ਮਹੇਸ਼ ਇੰਦਰ ਸਿੰਘ ਗਰੇਵਾਲਾ ਤੇ ਗੁਲਜਾਰ ਸਿੰਘ ਰਾਣਿਕ ਟੈਲੀਫੋਨ ਦੇ ਰਾਹੀਂ ਸ਼ਾਮਲ ਹੋਏ। ਮੀਟਿੰਗ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦੇ ਬੁੱਲ ਲਗਾਤਾਰ ਇੱਕ ਸਾਜ਼ਿਸ਼ ਤਹਿਤ ਕੀਤੀਆਂ ਜਾ ਰੀਆਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਗੰਭੀਰਤਾ ਦੇ ਨਾਲ ਨੋਟਿਸ ਲੈਂਦਾ ਆ ਪਾਰਟੀ ਦੇ ਹੇਠ ਲੇ ਕੇ ਆਗੂਆਂ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਸੰਘਾ ਬਡਾਲਾ ਬੀਬੀ ਜੰਗੀਰ ਕੌਰ ਪ੍ਰੋਫੈਸਰ ਪ੍ਰੇਮ ਸੰਘਾ ਚੰਦੂ ਮਾਜਰਾ ਪਰਮਿੰਦਰ ਸੰਘਾ ਢਿੰਡਸਾ ਸਿਕੰਦਰ ਸੰਘਾ ਮਲੋਕਾ ਸਰਜੀਤ ਸੰਘਾ ਰੱਕੜਾ ਸੁਰੇਂਦਰ ਸੰਘਾ ਠੇਕੇਦਾਰ ਅਤੇ ਚਰਨਜੀਤ ਸੰਘਾ ਬਰਾੜ ਸ਼ਾਮਲ ਹਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਸਕੂਲ ਕਾਲਜਾਂ ਤੇ ਦਫ਼ਤਰ ਰਹਿਣਗੇ ਬੰਦ ਪੰਜਾਬ ਸਰਕਾਰ ਨੇ ਅੱਜ ਬਦਦਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਸ਼ਹੀਦ ਆਉਦਮ ਸੰਗਤ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੰਗਰੂਰਾ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਰਨ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵਿਦਿਅਕ ਅਦਾਰਿਆਂ ਤੇ ਨਿੱਜੀ ਅਦਾਰਿਆਂ ਵਿੱਚ ਛੁੱਟੀ ਰਹੇਗੀ। ਇਸ ਦਰਨ ਸ਼ਹੀਦੀ ਦਿਵਸ ਅਤੇ ਰਾਜ ਪੱਧਰੇ ਸਮਾਗਮ ਕਰਵਾਏ ਜਾਵੇਗਾ ਹਾਲਾਂਕਿ ਇਹ ਹੁਕਮ ਪ੍ਰੀਖਿਆ ਲੈਣ ਵਾਲੀਆਂ ਸੰਸਥਾਵਾਂ ਤੇ ਲਾਗੂ ਨਹੀਂ ਹੋਣਗੇ। पीजी चंडीगढ़ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹੋਣ ਜਾ ਰਿਹਾ ਬਦਲਾ 1 ਸਤੰਬਰ ਨੂੰ ਲਾਗੂ ਹੋਣਗੇ ਹੁਕਮਾਂ। पीजीआई चंडीगढ़ 1 ਸਤੰਬਰ ਤੋਂ ਹੀ ਆਫੀਸ ਰਹੇ ਮਲਾਜਮਾਂ ਤੇ ਮਰੀਜ਼ਾਂ ਦੇ ਨਾਲ ਸਬੰਧਤ ਕੰਮ ਪੇਪਰ ਰਾਹੀਂ ਤਾਂ ਕਰਨ ਜਾ ਰਿਹਾ ਤੇ ਇਸ ਸੰਬੰਧੀ पीजी ਦੇ ਡਾਇਰੈਕਟਰ ਪ੍ਰੋਫੈਸਰ ਬਿਵੇਕ ਲਾਲ ਨੇ ਹੁਕਮਾਂ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਦੇ ਮੁਤਾਬਕ पीजीआई ਨੂੰ ਡਿਜੀਟਲ ਕੀਤਾ ਜਾ ਰਿਹਾ ਹੈ। ਅਤੇ 1 ਸਤੰਬਰ ਤੋਂ ਫਿਜੀਕਲ ਫਾਈਲਾਂ ਦੀ ਬਜਾਏ ਡਿਜੀਟਲ ਫਾਈਲਾਂ ਤੇ ਕੰਮ ਕੀਤਾ ਜਾਵੇਗਾ ਇਸ ਦੇ ਨਾਲ ਫੈਸਲੇ ਲੈਣ ਦੇ ਵਿੱਚ ਤੇਜ਼ੀ ਆਵੇਗੀ ਡਿਜੀਟਾਈਜ਼ ਦਾ ਡੇਟਾ ਦੀ ਉਪਲਬਧਤਾ ਦੇ ਨਾਲ ਕੰਮ ਦੇ ਵਿੱਚ ਪਾਰਦਰਸ਼ਤਾ ਵੀ ਆਵੇਗੀ ਪੀਜੇ ਦੇ ਪ੍ਰਸ਼ਾਸਨ ਅਧੀਨ ਸਾਰੇ ਵਿਭਾਗਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਪੀਜੇ ਦੇ ਸਾਰੇ ਵਿਭਾਗਾਂ ਦੇ ਐਚਓਡੀਜ਼ ਨੂੰ ਵੀ ਇਸ ਦੇ ਨਾਲ ਜੁੜਿਆ ਜਾਵੇਗਾ ਇਸ ਦੇ ਨਾਲ ਇਹ ਜਿੰਨਾ ਮਰੀਜ਼ਾਂ ਨੂੰ ਸਰਕਾਰੀ ਸਕੀਮਾਂ ਤਹਿਤ ਲਾਭ ਦਿੱਤਾ ਜਾਂਦਾ ਉਹਨਾਂ ਦੀਆਂ ਫਾਈਲਾਂ ਵੀ ਈ ਆਫਿਸ ਰਾਹੀਂ ਜਲਦੀ ਮਨਜ਼ੂਰ ਹੋ ਜਾਣਗੀਆਂ ਮਰੀਜ਼ਾਂ ਨੂੰ ਇਹਦਾ ਜਲਦੀ ਲਾਭ ਮਿਲੇਗਾ ਜ਼ਰੂਰੀ ਕੰਮਾਂ ਨੂੰ ਸਮੇਂ ਤੇ ਪੂਰਾ ਕਰਨ ਲਈ ਇਸ ਸਿਸਟਮ ਦੇ ਵਿੱਚ ਅਲਰਟ ਭੇਜਣ ਦੀ ਸੁਵਿਧਾ ਵੀ ਹੈ ਆਇਸ਼ਮਾਨ ਭਾਰਤ ਜੋ ਇਹਨਾਂ ਤਹਿਤ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਇਹ ਸਾਰਾ ਕੰਮ ਈ ਆਫਿਸ ਰਾਹੀਂ ਆਨਲਾਈਨ ਕੀਤਾ ਜਾਵੇਗਾ ਮਾਧਵ ਪ੍ਰਦੇਸ਼ ਸਰਕਾਰ ਨੇ ਪੈਣਾਂ ਦੇ ਲਈ ਕੀਤਾ ਵੱਡਾ ਐਲਾਨ ਮਾਧ ਪਰਦੇਸ ਸਰਕਾਰ ਨੇ ਪੈਣਨ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਮੋਹਨ ਯਾਦਵ ਨੇ ਐਲਾਨ ਕੀਤਾ ਹੈ ਕਿ ਲਾਡਲੀ ਪੈਣ ਜੋ ਇਹਨਾਂ ਤਹਿਤ ਲਾਭਪਾਤਰੀਆਂ ਨੂੰ ਹੁਣ ਸਿਰਫ 450 ਰੁਪਏ ਦੇ ਵਿੱਚ ਐਲਪੀਜੀ ਸਿਲੰਡਰ ਉਪਲਬਧ ਹੋਵੇਗਾ ਕੱਲ ਹੋਈ ਕੈਬਨਟ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਇਹ ਐਲਾਨ ਔਰਤਾਂ ਨੂੰ ਆਰਥਿਕ ਰਾਹਤ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਤਾਂ ਜੋ ਉਹਨਾਂ ਦੇ ਘਰਾਂ ਦੇ ਵਿੱਚ ਰਸੋਈ ਗੈਸ ਦੀ ਕੀਮਤ ਨੂੰ ਘਟਾ ਕੀਤਾ ਜਾ ਸਕੇ ਐਸਾ ਜੋ ਇਹਨਾਂ ਦਾ ਲਾਭ ਰਾਜਦਿਆਂ ਉਹਨਾਂ ਔਰਤਾਂ ਨੂੰ ਮਿਲੇਗਾ ਜੋ ਕਿ ਲਾਡਲੇ ਪਹਿਣ ਯੋਜਨਾ ਤਹਿਤ ਰਜਿਸਟਰਡ ਹਨ ਐਸਾ ਫੈਸਲੇ ਦੇ ਨਾਲ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਉਹਨਾਂ ਨੂੰ ਮਹਿੰਗੇ ਐਲਪੀਜੀ ਸਿਲੰਡਰਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਪੰਜਾਬ ਨੇ ਆਯੁਸ਼ਮਨ ਭਾਰਤ ਜੋ ਇਹਨਾਂ ਦੇ ਲਈ ਹਦਾਇਤਾਂ ਦੇ ਪਾਲਣਾ ਨਹੀਂ ਕੀਤੀ ਕੇਂਦਰ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਪੰਜਾਬ ਨੇ ਆਯੁਸ਼ਮਨ ਭਾਰਤ ਸਿਹਤ ਅਤੇ ਤਾਂਦਰਸ ਤੇ ਕੇਂਦਰਾ ਜੈਸਨ ਹੁਣ ਆਯੁਸ਼ਮਾਨ ਅਰੋਗਿਆ ਮੰਦਰ ਦੇ ਵਜੋਂ ਜਾਣਿਆ ਜਾਂਦਾ ਹੈ ਲਈ ਨਿਰਧਾਰਤ ਹਦਾਇਤਾਂ ਦੇ ਪਾਲਣਾ ਨਹੀਂ ਕੀਤੇ ਆ ਜੋ ਕਿ 2023-24 ਦੇ ਲਈ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਸਕੀਮ ਦੇ ਦੇਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੈ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਰਾਜ ਸਭਾ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਦੱਸਿਆ ਕਿ ਕੌਮੀ ਸਿਹਤ ਮਿਸ਼ਨ ਤਹਿਤ ਵਿੱਤੀ ਸਾਲ 2023-24 ਦੇ ਲਈ ਕੁੱਲ 457.90 ਕਰੋੜ ਰੁਪਏ ਦੇ ਕੇਂਦਰ ਹਿੱਸੇ ਦੇ ਵੰਡ ਦੇ ਵਿੱਚੋਂ ਆ 91.49 ਕਰੋੜ ਰੁਪਏ ਪੰਜਾਬ ਨੂੰ ਜਾਰੀ ਕੀਤੇ ਗਏ ਹਨ ਪਟੇਲ ਨੇ ਕਹਿ ਕੇ ਖਰਚ ਵਿਭਾਗ ਨੇ ਕਹਿ ਕੇ ਸਾਰੇ ਸੂਬਿਆਂ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ 2023-24 ਦੇ ਲਈ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਜੋਇਨਾ ਦੇ ਹਦਾਇਤਾਂ ਦੇ ਪਾਲਣਾ ਕਰਨੀ ਹੋਵੇਗੀ ਉਹਨਾਂ ਨੇ ਕਹਿ ਕੇ ਚੌਥੇ ਪੈਰਾ ਦੇ ਵਿੱਚ ਨਿਰਧਾਰਤ ਲਾਜ਼ਮੀ ਸ਼ਰਤਾਂ ਵਿੱਚ ਇੱਕ ਇਹ ਹੈ ਕਿ ਸਾਰੇ ਮੰਤਰਾਲਿਆਂ ਦੀਆਂ ਸਾਰੀਆਂ ਸਕੀਮਾਂ ਦੇ ਵਿੱਚ ਸੀਐਸਐਸ ਦੀ ਬ੍ਰਾਂਡਿੰਗ ਅਤੇ ਸਾਰੀਆਂ ਕੇਂਦਰੀ ਸਪੌਂਸਰ ਸਕੀਮਾਂ ਦੇ ਅਧਿਕਾਰਤ ਨਾਮਾਂ ਦੇ ਸੰਬੰਧ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਾਰੀ ਕਿਸੇ ਵੀ ਹਦਾਇਤਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸੀਐਮ ਮਾਨ ਨੇ ਇੰਡੀਆ ਬਖੇ ਧਰਨੇ ਵਿੱਚ ਨਾਮ ਆਖਾਂ ਦੇ ਨਾਲ ਕਹੀ ਇਹ ਵੱਡੀ ਗੱਲ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਕੱਲ ਦਿੱਲੀ ਗਏ ਐਸਦਰਾਨ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਰਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਇੰਡੀਆ ਬਲਾਕ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਗਿਆ ਆਪ ਆਗੂਆਂ ਦੇ ਨਾਲ ਅਰਵਿੰਦ ਕੇਰਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪ੍ਰਦਰਸ਼ਨ ਦੇ ਵਿੱਚ ਮੌਜੂਦ ਸਨ ਇਸ ਤੋਂ ਇਲਾਵਾ ਐਸਾ ਧਰਨੇ ਦੇ ਵਿੱਚ ਨੌ ਪਾਰਟੀਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ ਇਹ ਪ੍ਰਦਰਸ਼ਨ ਕੱਲ ਸ਼ਾਮ 5 ਵਜੇ ਤੱਕ ਜਾਰੀ ਰਿਹਾ ਐਸ ਦਰਾਨਸੀਆ ਮਾਨਣਕ ਹੈ ਕਿ ਅਰਵਿੰਦਾ ਕਿਰਵਾਲ ਨੂੰ ਝੂਠੇ ਕਿਸ ਦੇ ਬੱਚਾ ਜੇਲ੍ਹ ਭੇਜਣ ਦੇ ਲਈ ਇੰਡੀਆ ਗੱਠਜੋੜਾ ਇਕੱਠਾ ਹੋ ਚੁੱਕਾ ਹੈ ਤੇ ਉਹਨਾਂ ਨੇ ਕਹਿ ਕੇ ਕਿ ਅਰਵਿੰਦਾ ਕਿਰਵਾਲ ਦਾ ਬਲੱਡ ਸ਼ੂਗਰ ਲੈਵਲ 50 ਤੱਕ ਪਹੁੰਚ ਗਿਆ ਤੇ ਉਹਨਾਂ ਦੀ ਹਾਲਤ ਚਿੰਤਾਜਨਕਾ ਉਹਨਾਂ ਦੇ ਪੇਟ ਵਿੱਚ ਟੀਕੇ ਲਗਾਏ ਜਾਂਦੇ ਹਨ ਸਿਯਾ ਮਾਨਣਕ ਹੈ ਕਿ ਭਾਈਪਰ ਵਿੱਚ ਹਜੇ ਵੀ ਹੰਕਾਰ ਹੈ ਜਿਸ ਨੂੰ ਜਲਦੀ ਤੋੜ ਦਿੱਤਾ ਜਾਵੇਗਾ ਮੋਟਰਸਾਈਕਲ ਚੋਰਾ ਸਕੂਟਰ ਚੋਰਾ ਤੇ ਹੋਰ ਬਹੁਤ ਸਾਰੇ ਚੋਰਾ ਦੇ ਗ੍ਰੋਹ ਸੁਣੋ ਪਰ ਪਾਇਪਾ ਅਜਹੀ ਪਾਰਟੀਆਂ ਜੋ ਕਿ ਚੋਰੀਆਂ ਕਰਦੇ ਆ ਉਹਨਾਂ ਨੇ ਸਿਵਸਨਾ ਦੇ ਤੀਰੰਦਾਜ਼ ਚੋਰੀ ਕੀਤਾ ਸ਼ਰਦ ਪਵਾਰ ਦੇ ਘੜੀ ਚੋਰੀ ਕੀਤੀ ਚੋਟਾਲਾ ਤੋਂ ਦੋ ਚੱਪਲਾਂ ਚੋਰੀ ਕੀਤੀਆਂ ਇਹਨਾਂ ਦੇ ਨਾਲ ਜੋ ਵੀ ਆਉਂਦਾ ਉਹ ਉਸ ਨੂੰ ਖਾ ਜਾਂਦੇ ਹਨ ਤੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਉਹ ਅਕਾਲੀ ਦਲ ਨੂੰ ਵੀ ਖਾ ਕੇ ਹੁਣ ਕਿੱਥੇ ਆ ਅਕਾਲੀ ਦਲ ਦੀ ਤਾਕਤ ਪਾਇਪਾ ਉਸ ਨੂੰ ਖਾ ਗਈ ਇਹ ਉਹ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਚੋਰੀ ਕੀਤਾ ਤੇ ਅਸੀਂ ਦੇਸ਼ ਨੂੰ ਬਚਾਇਆ ਹੈ ਸੀਐਮ ਮਾਨ ਨੇ ਨਾਮਕਾਂ ਦੇ ਨਾਲ ਕਹੀ ਇਹ ਗੱਲ ਸੀ ਐਮਾਨ ਨੇ ਹੰਝੂ ਭਰੀ ਅੱਖਾਂ ਦੇ ਨਾਲ ਕਹਿ ਕੇ ਅਰਵਿੰਦਾ ਕੇਰੀਵਾਲ ਨੂੰ ਬਚਾਉਣ ਦੇ ਲਈ ਕਿਸ ਅਦਾਲਤ ਵਿੱਚ ਜਾਈਏ ਉਹਨਾਂ ਨੇ ਕੀ ਕਸੂਰ ਸੀ ਉਹਨਾਂ ਨੇ ਸਿਰਫ ਚੰਗੇ ਸਰਕਾਰੀ ਸਕੂਲ ਬਣਾਏ ਸਰਕਾਰੀ ਹਸਪਤਾਲ ਬਣਾਏ ਗਲੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਏ ਅਤੇ ਬਿਜਲੀ ਮੁਆਫਤਾ ਕਰਵਾਈ ਗਰੀਬਾਂ ਲੋਕਾਂ ਬਾਰੇ ਸੋਚਿਆ ਅਰਵਿੰਦਾ ਕੇਰੀਵਾਲ ਦਾ ਕਸੂਰ ਕੀ ਹੈ ਸੀਮਾ ਮਾਨ ਨੇ ਕਹਿ ਕੇ ਪੀਐਮ મોદી ਹੁਣ ਕਹਿੰਦੇ ਹਨ ਕਿ ਉਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਨੂੰ ਕੋਈ ਦਬਾਅ ਨਹੀਂ ਸਕਦਾ ਪ੍ਰਦੀਪਾ ਕਲੇਰ ਦੇ ਦੋਸ਼ਾਂ ਤੇ ਸੁਖਵੀਰ ਬਾਦਲ ਦਾ ਵੱਡਾ ਬਿਆਨ ਸਖਤ ਕਾਰਵਾਈ ਦੀ ਕਹੀ ਗੱਲ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਡੇਰਾ ਪ੍ਰੇਮੀ ਪ੍ਰਦੀਪਾ ਕਲੇਰ ਦੇ ਬੁਲائے ਗਏ ਇਲਜ਼ਾਮਾਂ ਤੇ ਹੁਣ ਸੁਖਵੀਰ ਬਾਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਖਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੀਆਰਬੀ ਦੇ ਘਰਾਉਣੇ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਰੱਖਤ ਅਤੇ ਪ੍ਰਚਾਰਿਆ ਜਾਂਦਾ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਹੋਰਾਂ ਪੰਥ ਵਿਰੋਧੀ ਤਰ੍ਹਾਂ ਨੇ ਮੈਨੂੰ ਹੈਰਾਨ ਅਤੇ ਦੁਖੀ ਕੀਤਾ ਹੈ ਪ੍ਰਦੀਪ ਬਲੋ ਮੇਰੇ ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤਿਕ ਤੌਰ ਤੇ ਪ੍ਰੇਰਤਾ ਦੋਸ਼ ਬਿਲਕੁਲ ਝੂਠੇ ਰਾਜਨੀਤੀ ਤੋਂ ਪ੍ਰੇਰਤ ਅਤੇ ਪੂਰੀ ਤਰ੍ਹਾਂ ਆਸਬ ਕਾਰਨ ਜੋਗਾਂ ਤੇ ਮੈਂ ਇਨਾਂ ਝੂਠੇ ਤੇ ਖਤਰਨਾਕ ਦਾਅਵਿਆਂ ਤੇ ਸਖਤ ਇਤਰਾਜ਼ ਕਰਦਾ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਐਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਵਿਚਾਰਿਆ ਜਾ ਰਿਹਾ ਤੇ ਮੈਂ ਖਾਲਸਾ ਪੰਥ ਦੇ ਸਰਬੋੱਚ ਧਾਰਮਿਕ ਸਥਾਨ ਅਗੇ ਪੇਸ਼ ਹੋ ਚੁੱਕਾ ਤੇ ਮੈਂ ਉਹਨਾਂ ਦੇ ਫੈਸਲੇ ਦੇ ਉਡੀਕ ਕਰਾਂਗਾ ਅਤੇ ਉਸ ਤੋਂ ਬਾਅਦ ਐਸ ਪਾਪੀ ਦੇ ਵਿਰੁੱਧ ਸਖਤ ਕਾਰਵਾਈ ਕਰਾਂਗਾ ਆਗਲੀ ਖਬਰ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਤਿਆਰੀ ਰਾਜ ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਹੁਕਮਾਂ ਜਲੰਧਰ ਪੱਛਮੀ ਵਿਧਾਨ ਸਭਾ ਜਿਮਣੀ ਚੋਣਾਂ ਦੇ ਮੁਕੰਮਲ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਰਾਜ ਚੋਣ ਕਮਿਸ਼ਨ ਦੇ ਬਲੋ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪੱਤਰ ਲਿਖਿਆ ਗਿਆ ਉਹਨਾਂ ਨੇ ਭਵਿੱਖ ਦੀਆਂ ਚੋਣਾਂ ਦੇ ਲਈ ਪੰਚ ਸਰਪੰਚ ਦੀਆਂ ਸੀਟਾਂ ਰਾਖਮੀਆਂ ਕਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਦੇ ਲਈ ਕਿਹਾ ਗਿਆ ਹੈ ਫਤਰ ਦੇ ਵਿੱਚ ਆ ਕਿਹਾ ਗਿਆ ਕਿ ਰਾਕਮੇ ਕਰਨ ਸੰਬੰਧੀ ਨੋਟੀਫਿਕੇਸ਼ਨ ਹਰ ਜ਼ਿਲ੍ਹੇ ਦੇ ਵਿੱਚ ਡੈਪਟੀ ਕਮਿਸ਼ਨਰ ਦੇ ਵੱਲੋਂ ਜਾਰੀ ਕੀਤਾ ਜਾਵੇ ਤਾਂ ਜੋ ਚੋਣਾਂ ਸਮੇਂ ਆਮ ਲੋਕਾਂ ਤੇ ਮੀਰ ਬਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪੰਚਾਇਤ ਵਿਭਾਗ ਦੇ ਤਰਫੋਂ ਫਰਵਰੀ ਵਿੱਚ ਉਹਨਾਂ ਪੰਚਾਇਤਾਂ ਨੂੰ ਪੰਗ ਕਰ ਦਿੱਤਾ ਗਿਆ ਜਿਨ੍ਹਾਂ ਦਾ ਕਾਰਜਕਾਲ 5 ਸਾਲ ਦਾ ਪੂਰਾ ਹੋ ਚੁੱਕਿਆ ਸੀ ਸਾਲ 2018 ਵਿੱਚ ਕਾਂਗਰਸ ਸਰਕਾਰ ਵੇਲੇ ਪੰਚਾਇਤੀ ਚੋਣਾਂ ਹੋਈਆਂ ਸਨ ਉਸ ਸਮੇਂ 13276 ਸਰਪੰਚ ਅਤੇ ਤਰਸੀ 831 ਪੰਜ ਚੁਣੇ ਗਏ ਸਨ ਇਸ ਦੇ ਨਾਲ ਹੀ ਇਸ ਤੋਂ ਬਾਅਦ ਅਧਕਾਰੀ ਖੋਦੇ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਨਿਯੁਗਤ ਹੋਗੇ ਵੋਟਰ ਸੂਚੀਆਂ ਤੇ ਹੋਰਾਂ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਜਿਹੇ ਵਿੱਚ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਅਸਰ ਦੇਸ਼ਰ ਵਿੱਚ ਜਲਦੀ ਕਾਰਵਾਈ ਹੋ ਸਕਦੀ ਹੈ ਮੌਸਮ ਵਿਭਾਗ ਦੇ ਬੋਲ ਅਗਲੇ ਛੇ ਦਿਨ ਦੇ ਮੌਸਮ ਬਾਰੇ ਭਵਿੱਖਬਾਣੀ ਨੀਵੇਂ ਇਲਾਕਿਆਂ ਦੇ ਲਈ ਅਲਰਟ ਭਾਰਤੀ ਮੌਸਮ ਵਿਭਾਗ ਨੇਉਣ ਵਾਲੇ ਕੌਜਾ ਦਿਨਾਂ ਦੇ ਲਈ ਕਈ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੇ ਚੇਤਾਵਨੀ ਜਾਰੀ ਕੀਤੇ ਆ ਇੱਧਰ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਨੇ ਇੱਕ ਵਾਰ ਫਿਰ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਹਿਮਾਚਲ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦਾ ਸਦ੍ਰਣ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 6 ਦਿਨਾਂ ਤੱਕ ਪੂਰੇ ਸੂਬੇ ਭਰ ਦੇ ਵਿੱਚ ਮੌਸਮਾ ਖਰਾਬ ਹੋਣ ਵਾਲਾ ਹੈ 3 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਅਤੇ ਇਸ ਸਬੰਧੀ 9 ਜ਼ਿਲ੍ਹਿਆਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਦਾ ਅਸਰ ਹੁਣ ਗਵਾਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਉੱਤੇ ਵੀ ਪਵੇਗਾ ਹਰਿਆਣਾ ਤੇ ਪੰਜਾਬ ਦੇ ਵਿੱਚ ਵੀ 31 ਜੁਲਾਈ ਤੱਕ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਵਿੱਚ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ